ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਨਗਰ ਕੌਂਸਲ ਗੁਰਾਇਆ ਵੱਲੋਂ ਅੱਜ ਸਵੱਛ ਭਾਰਤ ਮਿਸ਼ਨ ਦੇ ਚੱਲਦਿਆਂ ਸਵੱਛ ਭਾਰਤ ਸਰਵੇਖਣ ਦਾ ਆਯੋਜਨ ਗੁਰਾਇਆ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਗੁਰਾਇਆ ਦੇ 13 ਸਕੂਲਾਂ ਨੇ ਭਾਗ ਲਿਆ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਘਰ ਵਿੱਚ ਪੁਰਾਣੇ ਵੇਸਟ ਸਮਾਨ ਦੇ ਨਾਲ ਜ਼ਰੂਰਤਮੰਦ ਚੀਜ਼ਾਂ ਬਣਾਈਆਂ ਅਤੇ ਪ੍ਰਦਰਸ਼ਨੀ ਲਗਾਈ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਕਮਲਦੀਪ ਸਿੰਘ ਬਿੱਟੂ, ਪ੍ਰਧਾਨ ਨਗਰ ਕੌਂਸਲ ਗੁਰਾਇਆ ਪਹੁੰਚੇ, ਜਿਨ੍ਹਾਂ ਨੇ ਆਪਣੇ ਕੌਂਸਲਰਾਂ ਨਾਲ ਵੱਖ ਵੱਖ ਸਕੂਲਾਂ ਵੱਲੋਂ ਲਗਾਈ ਗਈ ਪੁਰਾਣੇ ਵੇਸਟ ਸਮਾਨ ਦੇ ਨਾਲ ਬਣਾਈਆਂ ਚੀਜ਼ਾਂ ਦੀ ਪ੍ਰਦਰਸ਼ਨੀ ਨੂੰ ਦੇਖਿਆ, ਜਿਸ ਵਿੱਚ ਹਰਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਪਿੰਗਾ ਵਾਲੇ ਨੇ ਪਹਿਲਾ, ਨਿਸ਼ਿਕਾ ਵਿਨਾਇਕ ਪਬਲਿਕ ਸਕੂਲ ਗੁਰਾਇਆ ਨੇ ਦੂਸਰਾ, ਹਰਸ਼ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਗੁਰਾਇਆ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਸਕੂਲਾਂ ਦੀ ਸਫਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਗਾ ਵਾਲੇ ਨੇ ਪਹਿਲਾ, ਐਕਸੈਸ਼ੀਅਲ ਸਕੂਲ ਗੁਰਾਇਆ ਨੇ ਦੂਸਰਾ ਅਤੇ ਸੀਨੀਅਰ ਸੈਕੰਡਰੀ ਸਕੂਲ ਮਾਲਾ ਰੋਡ ਗੁਰਾਇਆ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਅਵਸਰ ਤੇ ਸੰਜੇ ਅਟਵਾਲ ਸੀਨੀਅਰ ਵਾਈਸ ਪ੍ਰਧਾਨ ਕਾਂਗਰਸ ਗੁਰਾਇਆ ਵੱਲੋਂ 5 ਸਕੂਲਾਂ ਨੂੰ ਨਕਦ ਇਨਾਮ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਕਮਲਦੀਪ ਸਿੰਘ ਬਿੱਟੂ ਨੇ ਕਿਹਾ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਣਧੀਰ ਸਿੰਘ ਵਧਾਈ ਦਾ ਪਾਤਰ ਹਨ, ਜਿਨ੍ਹਾਂ ਨੇ ਪਹਿਲੀ ਵਾਰ ਇਸ ਤਰ੍ਹਾਂ ਦਾ ਸਮਾਗਮ ਕਰਵਾਇਆ। ਇਸ ਮੌਕੇ ਤੇ ਕਮਲਦੀਪ ਸਿੰਘ ਬਿੱਟੂ ਪ੍ਰਧਾਨ, ਰਾਜੀਵ ਪੁੰਜ ਵਾਈਸ ਪ੍ਰਧਾਨ, ਸੰਜੇ ਅਟਵਾਲ ਈਓ ਰਣਧੀਰ ਸਿੰਘ, ਕੌਂਸਲਰ ਜਸਵਿੰਦਰ ਚਿੰਤਾ, ਕੌਂਸਲਰ ਰੋਸ਼ਨ ਲਾਲ, ਜੀਵਨ ਕੁਮਾਰ, ਰਕੇਸ਼ ਦੁੱਗਲ, ਅਨਿਲ ਜੋਸ਼ੀ, ਐਸਓ ਅਜੇ ਪਾਲ ਵਰਮਾ, ਨਰੇਸ਼ ਕੁਮਾਰ, ਕਿਰਪਾਲ ਸਿੰਘ, ਇੰਸਪੈਕਟਰ ਰਕੇਸ਼ ਕੁਮਾਰ, ਲੱਕੀ ਰਾਜਕੁਮਾਰ, ਲਖਵਿੰਦਰ ਸਿੰਘ, ਅਮਰਤਾ ਅਕਾਊਂਟੈਂਟ ਮੁਕੇਸ਼ ਕੁਮਾਰ ਤੋਂ ਇਲਾਵਾ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਅੱਜ ਨਗਰ ਕੌਂਸਲ ਗੁਰਾਇਆ ਦੇ ਬਹੁਤ ਹੀ ਸਤਿਕਾਰਯੋਗ ਈਓ ਸਾਹਿਬ ਸਰ ਰਣਧੀਰ ਸਿੰਘ ਜੀ ਦੇ ਉਦਮ ਸਦਕਾ ਸਵੱਛ ਭਾਰਤ ਮਿਸ਼ਨ, ਜਿਹੜਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅੱਜ ਦਾ ਪ੍ਰੋਗਰਾਮ ਜਿਹੜਾ ਔਰਗਨਾਈਜ਼ ਕੀਤਾ ਗਿਆ, ਜਿਸ ਦੇ ਵਿੱਚ ਕਿ 13 ਸਕੂਲਾਂ ਦੇ ਬੱਚਿਆਂ ਨੇ ਪਾਰਟੀਸਪੇਟ ਕੀਤਾ। ਔਰ ਹੈਰਾਨੀਜਨਕ ਇਹ ਗੱਲ ਹੈ ਕਿ 13 ਸਕੂਲਾਂ ਦੇ ਬੱਚਿਆਂ ਨੇ ਇੱਕ ਤੋਂ ਇੱਕ ਵਧੀਆ ਆਈਟਮਾਂ ਜਿਹੜੀਆਂ ਪੇਸ਼ ਕੀਤੀਆਂ, ਜਿੰਨੇ ਵੀ ਵੇਸਟੇਜ ਸੀ ਉਹਦੇ ਬਹੁਤ ਹੀ ਅੱਛੇ ਡੈਕੋਰੇਸ਼ਨ ਪੀਸ ਔਰ ਬਹੁਤ ਹੀ ਸਮਾਜ ਦੇ ਵਿੱਚ ਪਹਿਲਕਦਮੀ ਵਾਲੀਆਂ ਜਿਹੜੀਆਂ ਆਈਟਮਾਂ ਉਹ ਤਿਆਰ ਕੀਤੀਆਂ ਗਈਆਂ। ਮੈਂ ਸਮਝਦਾ ਕਿ ਅੱਜ ਦਾ ਇਹ ਪਹਿਲਾ ਪ੍ਰੋਗਰਾਮ ਸਾਡੇ ਨਗਰ ਦੇ ਵਿੱਚ ਨਗਰ ਕੌਂਸਲ ਗੁਰਾਇਆ ਵੱਲੋਂ ਕੀਤਾ ਗਿਆ ਔਰ ਜਿਹਦਾ ਸਿਹਰਾ ਮਾਨਯੋਗ ਈਓ ਸਾਹਿਬ ਨੂੰ ਜਾਂਦਾ। ਔਰ ਜਿੱਥੇ ਕੱਲ੍ਹ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਆ, ਉੱਥੇ ਨਾਲ ਬੱਚੇ ਅੱਜ ਇਹ ਵੀ ਸੰਦੇਸ਼ ਲੈ ਕੇ ਗਏ ਆ ਕਿ ਅਸੀਂ ਸਫਾਈ 'ਤੇ ਵੀ ਡੱਟ ਕੇ ਪਹਿਰਾ ਦੇਣਾ, ਕਿਉਂਕਿ ਸਾਰੇ ਆਪਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ 550 ਸਾਲਾ ਦਿਨ ਜਿਹੜਾ ਦਿਹਾੜਾ ਮਨਾ ਰਹੇ ਹਾਂ, ਔਰ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਉਹ ਸਾਡੇ 500 ਸਾਲ ਪਹਿਲਾਂ ਦੇ ਸੁਨੇਹੇ ਨੂੰ ਅੱਜ ਬੱਚਿਆਂ ਨੇ ਆਪਣੇ ਮਨ 'ਚ ਵਸਾ ਲਿਆ ਔਰ ਤਹੱਈਆ ਕੀਤਾ ਕਿ ਅਸੀਂ ਇਨਵਾਇਰਮੈਂਟ ਨੂੰ ਵਧੀਆ ਬਣਾਉਣ ਦੇ ਵਿੱਚ ਆਪਣਾ ਸਹਿਯੋਗ ਦੇਵਾਂਗੇ। ਔਰ ਮੈਂ ਆਸ ਕਰਦਾ ਕਿ ਅੱਜ ਦਾ ਜਿਹੜਾ ਸੁਨੇਹਾ ਇਹ ਨਗਰ ਕੌਂਸਲ ਗੁਰਾਇਆ ਨੇ ਸਾਡੇ ਸ਼ਹਿਰ 'ਚੋਂ ਪੂਰੇ ਇਲਾਕੇ ਜ਼ਿਲ੍ਹੇ ਜਲੰਧਰ 'ਚ ਗਿਆ ਔਰ ਬੱਚਿਆਂ ਨੇ ਆਪਣੇ ਮਨ ਦੇ ਵਿੱਚ ਇਹ ਗੱਲ ਵਸਾ ਲਈ ਕਿ ਅਸੀਂ ਸਫਾਈ ਨੂੰ ਸਭ ਤੋਂ ਅੱਗੇ ਰੱਖਾਂ, ਸਫਾਈ ਆਪਣੇ ਘਰ ਤੋਂ ਸ਼ੁਰੂ ਕਰਾਂਗੇ ਔਰ ਸਾਡੇ ਸ਼ਹਿਰ ਨੂੰ ਇੱਕ
ਬੰਦੇ ਦਾ ਸ਼ਹਿਰ ਬਣਾਵਾਂਗੇ। ਇਹਨਾਂ ਬੇਨਤੀਆਂ ਨਾਲ ਮੈਂ ਇਹ ਵੀ ਆਸ ਕਰਦਾ ਕਿ ਅਸੀਂ ਨਗਰ ਕੌਂਸਲ ਗੁਰਾਇਆ ਵੱਲੋਂ ਇੱਦਾਂ ਦੇ ਜਿਹੜੇ ਸਮਾਜ ਸੁਧਾਰ ਸੁਨੇਹੇ ਆ ਇਹ ਲਗਾਤਾਰ ਹੀ ਦਿੰਦੇ ਰਹਾਂਗੇ। ਔਰ ਮੈਂ ਆਪਣੇ ਵੱਲੋਂ ਸਮੂਹ ਸਕੂਲਾਂ ਦੇ ਟੀਚਰ ਸਾਹਿਬਾਨ ਨੂੰ ਔਰ ਬੱਚਿਆਂ ਨੂੰ ਔਰ ਖਾਸ ਤੌਰ 'ਤੇ ਸਮੁੱਚੇ ਸਟਾਫ ਨਗਰ ਕੌਂਸਲ ਗੁਰਾਇਆ ਔਰ ਈਓ ਸਾਹਿਬ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ। ਔਰ ਇਹ ਵੀ ਯਕੀਨ ਦਿਵਾਉਣਾ ਕਿ ਅੱਗੇ ਤੋਂ ਵੀ ਇਸ ਤੋਂ ਵੀ ਵਧੀਆ ਪ੍ਰੋਗਰਾਮ ਜਿਹੜੇ ਅਸੀਂ ਔਰਗਨਾਈਜ਼ ਕਰਾਂਗੇ। ਧੰਨਵਾਦ। ਜੈ ਹਿੰਦ। ਹਾਂਜੀ, ਅੱਜ ਨਗਰ ਕੌਂਸਲ ਗੁਰਾਇਆ ਵੱਲੋਂ ਵੇਸਟ ਟੂ ਬੈਸਟ ਮਟੀਰੀਅਲ ਤੋਂ ਸਜਾਵਟੀ ਚੀਜ਼ਾਂ ਬਣਾਉਣ ਦਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਔਰ ਇਸ ਕੰਪੀਟੀਸ਼ਨ ਵਿੱਚ ਸ਼ਹਿਰ ਦੇ 13 ਵੱਖ ਵੱਖ ਸਕੂਲਾਂ ਨੇ ਭਾਗ ਲਿਆ ਹੈ। ਇਹ ਕੰਪੀਟੀਸ਼ਨ ਕਰਾਉਣ ਦਾ ਸਾਡਾ ਮਕਸਦ ਇਹ ਆ ਕਿ ਸਕੂਲ ਦੇ ਬੱਚਿਆਂ ਨੂੰ ਸਵੱਛ ਭਾਰਤ ਅਭਿਆਨ ਦੇ ਨਾਲ ਜੋੜਨਾ ਆ ਤਾਂ ਜੋ ਅਸੀਂ ਬੱਚਿਆਂ ਦੀ ਸਹਾਇਤਾ ਨਾਲ ਸਫਾਈ ਦਾ ਸੰਦੇਸ਼ ਸ਼ਹਿਰ ਵਾਸੀਆਂ ਤੱਕ ਪਹੁੰਚਾ ਸਕੀਏ, ਜਿਹਦੇ ਨਾਲ ਅਸੀਂ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਨੂੰ ਸਾਫ਼ ਸੁਥਰਾ ਵੀ ਬਣਾਉਣਾ ਆ। ਔਰ ਦੂਸਰਾ, ਅਸੀਂ ਇੱਕ ਮੁਹਿੰਮ ਚਲਾਈ ਆ ਕਿ ਅਸੀਂ ਸ਼ਹਿਰ ਵਿੱਚੋਂ ਪਲਾਸਟਿਕ ਦੇ ਲਿਫਾਫੇ ਬਿਲਕੁਲ ਖਤਮ ਕਰਨੇ ਆ। ਉਹਦੇ ਲਈ ਅਸੀਂ ਬੱਚਿਆਂ ਦੇ ਥਰੂ ਹੀ ਮੈਸੇਜ ਪਹੁੰਚਾ ਰਹੇ ਹਾਂ ਕਿ ਜਿਹੜਾ ਪਲਾਸਟਿਕ ਆ ਉਹਨੂੰ ਨਾ ਵਰਤਿਆ ਜਾਵੇ ਤਾਂ ਜੋ ਜਿਹੜੀ ਪਲਾਸਟਿਕ ਸਾਡੇ ਵਾਤਾਵਰਨ ਨੂੰ ਨੁਕਸਾਨ ਕਰ ਰਹੀ ਆ ਉਹ ਤੋਂ ਬਚਿਆ ਜਾ ਸਕੇ।